ਮੇਰੀ ਵੈਡਿੰਗ ਹੋ ਰਹਾ ਨਾ ਲੇਖ ਤੇ ਇੰਟਰਵਿਊ ਹੋ ਰਹੀ ਸੀ ਇੱਕ ਮਹੀਨਾ ਪਹਿਲਾਂ ਜੀ। ਕਹਿੰਦੇ ਕਿ ਮੈਂ ਆਪਣੀ ਵਾਈਫ ਨਾਲ ਜਸਟਿਸ ਨਹੀਂ ਕਰ ਪਾਇਆ ਕਿਉਂਕਿ ਉਹ ਹੱਕਦਾਰ ਸੀ ਬਠਿੰਡਾ ਸੀਟ ਤੋਂ। ਮੈਂ ਖੁਦ ਗਿਲਟੀ ਫੀਲ ਕਰਦਾ ਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਇਸ ਵਜ੍ਹਾ ਕਰਕੇ ਮੈਂ ਆਪਣੀ ਵਾਈਫ ਦਾ ਹੱਕ ਜਿਹੜਾ ਉਹ ਮਾਰ ਬੈਠਾ। ਮੇਰੀ ਵਾਈਫ ਮੋਸਟ ਡਿਜ਼ਰਵਿੰਗ ਕੈਂਡੀਡੇਟ ਸੀ ਬਠਿੰਡਾ ਤੋਂ, ਔਰ ਮੈਂ ਸਮਝਦਾ ਕਿ ਮੈਂ ਆਪਦੇ ਆਪ 'ਚ ਗਿਲਟੀ ਹਾਂ ਕਿ ਮੈਂ ਆਪਣੇ ਸਵਾਰਥਾਂ ਵਾਸਤੇ ਇਹਨਾਂ ਚੀਜ਼ਾਂ ਕਰਕੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਮੈਂ ਆਪਦੀ ਵਾਈਫ ਦੇ ਕੈਰੀਅਰ ਨੂੰ ਠੇਸ ਪਹੁੰਚਾਈ। ਅੰਦਰ ਹੀ ਅੰਦਰ ਮੈਂ ਗਿਲਟੀ ਇਸ ਕਰਕੇ। ਆਈ ਥਿੰਕ ਜਿਹੜੇ ਪਰਿਵਾਰ ਦੇ ਸਾਂਝੇ ਡਿਸੀਜਨਸ ਹੁੰਦੇ ਆ ਨਾ ਉਹਨਾਂ ਦੇ ਨਾਲ ਖੜਨਾ ਚਾਹੀਦਾ। ਮੈਨੂੰ ਕੋਈ ਪ੍ਰੋਬਲਮ ਨਹੀਂ, ਜਸਟਿਸ ਵਾਲੀ ਐਡੀ ਕਿਹੜੀ ਗੱਲ ਹੈ, ਇਲੈਕਸ਼ਨਸ ਤਾਂ ਫਿਰ ਆ ਜਾਣਗੇ। ਕਹਿੰਦੇ ਸਮਝੌਤਾ ਰਾਜਾ ਹੋਰਾਂ ਨੇ ਕਰ ਲਿਆ ਬਾਦਲਾਂ ਦੇ ਨਾਲ। ਸਮਝੌਤਾ ਬਾਦਲਾਂ ਦੇ ਨਾਲ, ਇਹ ਤਾਂ ਮੈਨੂੰ ਲੱਗਦਾ ਸੋਚਣਾ ਵੀ ਪਾਪ ਹੈ। ਇਸ ਤਰ੍ਹਾਂ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ। ਮਤਲਬ ਇੱਕ ਪਾਸੋਂ ਇਲਜ਼ਾਮ ਲੱਗਦੇ ਨੇ ਜਿਹੜੇ ਮਨਪ੍ਰੀਤ ਬਾਦਲ ਹੋਰਾਂ ਨੇ ਜ਼ਿਕਰ ਕੀਤਾ ਸੀ ਇੱਕ ਦਿਨ, ਤੁਸੀਂ ਟਵੀਟ ਦੇਖਿਆ ਹੋਣਾ ਕਿ ਟੋਪੀ ਪਾ ਕੇ ਗਏ, ਸੀਐਮ ਨਾਲ ਮਿਲ ਕੇ ਆਏ, ਸੀਐਮ ਨਾਲ ਸੈਟਿੰਗ ਕਰ ਲਈ। ਕੋਈ ਵੀ ਉੱਠ ਕੇ ਕਿਸੇ ਨੂੰ ਕਹਿ ਦਿੰਦਾ ਕਿ ਤੂੰ ਆਹ ਕੀਤਾ ਤੂੰ ਆਹ ਨਹੀਂ ਕੀਤਾ, ਉਹ ਗੱਲ ਸੱਚ ਹੋ ਜੂਗੀ। ਕਮਾਲ ਹੋ ਗਈ ਕਿ ਕਿਸੇ ਦੇ ਕਹਿਣ ਨਾਲ ਕੋਈ ਝੂਠਾ ਤੇ ਕੋਈ ਗੱਦਾਰ ਨਹੀਂ ਬਣ ਜਾਂਦਾ, ਕਿਸੇ ਦੇ ਕਹਿਣ ਨਾਲ ਕੋਈ ਗਲਤ ਨਹੀਂ ਹੋ ਜਾਂਦਾ। ਜਿਹੜੇ ਜਿਹੜੇ ਲੋਕ ਇਹ ਗੱਲ ਕਹਿੰਦੇ ਹੈ, ਪ੍ਰੂਵ ਕਰਕੇ ਵਿਖਾਓ। ਕਹਿੰਦੇ ਜਿਹੜਾ ਤੁਹਾਡੇ ਪ੍ਰਚਾਰ ਦਾ ਸਟਾਈਲ ਹੈ ਉਹ ਜ਼ਿਆਦਾ ਰਾਜਾ ਵੜਿੰਗ ਨਾਲੋਂ ਲੋਕਾਂ ਨਾਲ ਗੱਲਬਾਤ ਕਰਨ ਦਾ, ਬੜੇ ਸੌਖੇ ਸ਼ਬਦਾਂ 'ਚ ਤੇ ਲੋਕਾਂ ਨੂੰ ਜ਼ਿਆਦਾ ਅਟਰੈਕਟ ਕਰਦਾ। ਨਹੀਂ ਵੀ, ਰਾਜਾ ਜੀ ਦਾ ਵੀ ਬਹੁਤ ਅੱਛਾ, ਇਹ ਤਾਂ ਜਸਟਿਸ ਨਹੀਂ ਹੋਊਗਾ ਕਹਿਣਾ। ਰਾਜਾ ਬਹੁਤ ਅੱਛਾ ਕਨੈਕਟ ਕਰਦੇ ਆ ਲੋਕਾਂ ਦੇ ਨਾਲ, ਮੇਰੇ ਨਾਲੋਂ ਕਿਤੇ ਜ਼ਿਆਦਾ ਅੱਛਾ ਕਨੈਕਟ ਕਰਦੇ ਆ, ਮੈਂ ਇਹ ਕਹੂੰਗੀ ਜੀ। ਲੁਧਿਆਣਾ ਕੇ ਕਿਵੇਂ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ, ਮੈਂ ਬਹੁਤ ਬਹੁਤ ਬਲੈਸਡ ਫੀਲ ਕਰ ਰਹੀ ਹਾਂ। ਲੁਧਿਆਣੇ ਆ ਕੇ ਬਹੁਤ ਪਿਆਰ ਦਿੱਤਾ ਲੁਧਿਆਣੇ ਦੇ ਲੋਕਾਂ ਨੇ, ਬੜਾ ਮਾਣ ਸਤਿਕਾਰ ਦਿੱਤਾ। ਮੇਰੀਆਂ ਮਾਵਾਂ ਨੇ, ਜਦੋਂ ਮਾਵਾਂ ਐਂ ਕਰਕੇ ਜੱਫੀ ਪਾ ਲੈਂਦੀਆਂ ਨਾ ਤਾਂ ਬਸ ਸਾਰੇ ਦੁੱਖ ਭੁੱਲ ਜਾਂਦੇ ਆ। ਤੁਸੀਂ ਜਸਟਿਸ ਸ਼ਬਦ ਦਾ ਇਸਤੇਮਾਲ ਕੀਤਾ, ਮੇਰੀ ਵੈਡਿੰਗ ਹੋ ਰਹਾ ਨਾ ਲੇਖ ਤੇ ਇੰਟਰਵਿਊ ਹੋ ਰਹੀ ਸੀ ਇੱਕ ਮਹੀਨਾ ਪਹਿਲਾਂ ਜੀ। ਕਹਿੰਦੇ ਕਿ ਮੈਂ ਆਪਣੀ ਵਾਈਫ ਨਾਲ ਜਸਟਿਸ ਨਹੀਂ ਕਰ ਪਾਇਆ ਕਿਉਂਕਿ ਉਹ ਹੱਕਦਾਰ ਸੀ ਬਠਿੰਡਾ ਸੀਟ ਤੋਂ। ਮੈਂ ਖੁਦ ਗਿਲਟੀ ਫੀਲ ਕਰਦਾ ਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਇਸ ਵਜ੍ਹਾ ਕਰਕੇ ਮੈਂ ਆਪਣੀ ਵਾਈਫ ਦਾ ਹੱਕ ਜਿਹੜਾ ਉਹ ਮਾਰ ਬੈਠਾ। ਕੋਈ ਗੱਲ ਨਹੀਂ, ਰਾਜਾ ਜੀ ਨੂੰ ਇਹਨਾਂ ਸੋਚਣ ਦੀ ਜ਼ਰੂਰਤ ਨਹੀਂ ਗੀ। ਫੈਮਿਲੀ ਦਾ ਜੁਆਇੰਟ ਡਿਸੀਜਨ ਸੀਗਾ ਕਿ ਰਾਜਾ ਜੀ ਦਾ ਪ੍ਰਧਾਨ ਹੋਣ ਦੇ ਤੌਰ 'ਤੇ ਫੈਮਿਲੀ ਕੰਟੈਸਟ ਕਰੇ। ਮੈਨੂੰ ਲੱਗਦਾ ਉਦੋਂ ਇਹ ਗੱਲ ਸਮਝ ਆਈ, ਔਰ ਸਾਰੀ ਸਾਡੀ ਕੋਰ ਟੀਮ ਨੇ ਇਹੀ ਡਿਸਾਈਡ ਕੀਤਾ ਕਿ ਜੇ ਰਾਜਾ ਜੀ ਇੱਕੋ ਸੀਟ 'ਤੇ ਬੈਠ ਜਾਣਗੇ ਤਾਂ ਬਾਕੀਆਂ ਦਾ ਕੀ ਬਣੂਗਾ। ਸੋ ਮੈਨੂੰ ਇਹੀ ਕਿਹਾ ਗਿਆ ਸੀ ਐਂਡ ਮੈਂ ਉਸ ਫਲੋ ਦੇ ਨਾਲ ਗਈ ਹਾਂ ਐਂਡ ਆਈ ਐਮ ਵੈਰੀ ਹੈਪੀ। ਆਈ ਥਿੰਕ ਜਿਹੜੇ ਪਰਿਵਾਰ ਦੇ ਸਾਂਝੇ ਡਿਸੀਜਨਸ ਹੁੰਦੇ ਆ ਨਾ ਉਹਨਾਂ ਦੇ ਨਾਲ ਖੜਨਾ ਚਾਹੀਦਾ। ਮੈਨੂੰ ਕੋਈ ਪ੍ਰੋਬਲਮ ਨਹੀਂ, ਜਸਟਿਸ ਵਾਲੀ ਐਡੀ ਕਿਹੜੀ ਗੱਲ ਹੈ, ਇਲੈਕਸ਼ਨਸ ਤਾਂ ਫਿਰ ਆ ਜਾਣਗੀਆਂ, ਕੋਈ ਗੱਲ ਨਹੀਂ। ਲੇਕਿਨ ਬਠਿੰਡਾ ਸੀਟ ਨੂੰ ਲੈ ਕੇ ਕਹਿੰਦੇ ਕਿ ਜੇਕਰ ਪ੍ਰੋਪਰ ਟੱਕਰ ਹੋਣੀ ਸੀ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਜਦੋਂ ਟਿਕਟ ਜਿਹੜੀ ਕਿਸੇ ਹੋਰ ਨੂੰ ਦਿੱਤੀ ਗਈ, ਕਹਿੰਦੇ ਸਮਝੌਤਾ ਰਾਜਾ ਹੋਰਾਂ ਨੇ ਕਰ ਲਿਆ ਬਾਦਲਾਂ ਦੇ ਨਾਲ, ਕਹਿੰਦੇ ਕਿ ਕਮਜ਼ੋਰ ਕੈਂਡੀਡੇਟ ਉੱਥੇ ਉਤਾਰ ਦਿੱਤਾ, ਅੰਮ੍ਰਿਤਾ ਵੜਿੰਗ ਜਿਹੜੇ ਨੇ ਉਹ ਜ਼ਿਆਦਾ ਡਿਜ਼ਰਵ ਜਿਹੜੇ ਨੇ ਉਹ ਕਰਦੇ ਸੀ। ਮੇਰੇ ਵੀਰ ਪਤਾ ਕੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਇਸ ਤਰ੍ਹਾਂ ਦੀਆਂ ਗੱਲਾਂ ਸੋਚਣੀਆਂ ਕਿ ਅਸੀਂ ਪੋਲਸ ਅਪਾਰਟ ਹੈ, ਇੱਕ ਨੌਰਥ ਪੋਲ ਹੈ, ਇੱਕ ਸਾਊਥ ਪੋਲ ਹੈ। ਵੜਿੰਗ ਫੈਮਿਲੀ ਐਂਡ ਬਾਦਲ ਫੈਮਿਲੀ ਇਜ਼ ਪੋਲਸ ਅਪਾਰਟ, ਕਦੀ ਨਹੀਂ ਮਿਲ ਸਕਦੀਆਂ। ਔਰ ਅਸੀਂ ਆਪਦੀ ਜੋਬ ਦੇ ਨਾਲ, ਆਪਦੇ ਕੰਮ ਦੇ ਨਾਲ ਕਦੀ ਧੋਖਾ ਜ਼ਿੰਦਗੀ 'ਚ ਨਹੀਂ ਕਰ ਸਕਦੇ। ਔਰ ਸਮਝੌਤਾ ਬਾਦਲਾਂ ਦੇ ਨਾਲ, ਇਹ ਤਾਂ ਮੈਨੂੰ ਲੱਗਦਾ ਸੋਚਣਾ ਵੀ ਪਾਪ ਹੈ। ਇਸ ਤਰ੍ਹਾਂ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ। ਮਤਲਬ ਜਿਹਨਾਂ ਨਾਲ ਸਾਰੀ ਉਮਰ ਉਹਨਾਂ ਦੇ ਗੜ੍ਹ 'ਚੋਂ ਜਿੱਤਦੇ ਰਹੇ ਹੈ, ਪਿਛਲਾ ਇਲੈਕਸ਼ਨ ਵੀ ਮਿਸਿਸ ਬਾਦਲ ਨਾਲ ਲੜਿਆ ਹੈ ਤੇ ਇਹ ਵੀ ਲੜਨਾ ਸੀ, ਕਦੀ
ਫਿਰ ਕਿਹੜਾ ਇਲੈਕਸ਼ਨ ਆਉਣੇ ਨੀ ਦੁਬਾਰਾ, ਫਿਰ ਆ ਜਾਣਗੇ। ਦੇਖੋ ਕਿਸੇ ਦਾ ਕਿਸੇ ਨੇ ਮੂੰਹ ਨੀ ਫੜ ਲੈਣਾ ਹੁੰਦਾ, ਜੋ ਕਿਸੇ ਦਾ ਮੂੰਹ ਅਗਲਾ ਬੋਲੀ ਜਾਂਦਾ, ਪਰ ਜਿਹੜੇ ਲੋਕ ਇਸ ਤਰ੍ਹਾਂ ਕਹਿੰਦੇ ਆ ਨਾ, ਮੈਂ ਉਹਨਾਂ ਨੂੰ ਇਹ ਕਹੂੰਗੀ ਕਿ ਬੋਲਣ ਤੋਂ ਪਹਿਲਾਂ ਮੇਰੇ ਵੀਰ ਸੋਚਿਆ ਜ਼ਰੂਰ ਕਰੋ, ਇਸ ਤਰ੍ਹਾਂ ਦੀਆਂ ਬੇਹੁਦਾ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ, ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦੀ ਘਟੀਆ ਗੱਲ ਕਰਨਾ। ਕਿਉਂਕਿ ਵੜਿੰਗ ਸਾਹਿਬ ਤੇ ਦੋ ਪਾਸੋਂ ਇਲਜ਼ਾਮ ਲੱਗਦੇ, ਇੱਕ ਪਾਸੋਂ ਇਲਜ਼ਾਮ ਲੱਗਦੇ ਕਿ ਬਾਦਲਾਂ ਨਾਲ ਸੈਟਿੰਗ ਕਰ ਲਈ, ਇੱਕ ਪਾਸੋਂ ਇਲਜ਼ਾਮ ਲੱਗਦੇ ਨੇ ਜਿਹੜੇ ਮਨਪ੍ਰੀਤ ਬਾਦਲ ਹੋਰਾਂ ਨੇ ਜ਼ਿਕਰ ਕੀਤਾ ਸੀ, ਇੱਕ ਦਿਨ ਤੁਸੀਂ ਟਵੀਟ ਦੇਖਿਆ ਹੋਣਾ ਕਿ ਟੋਪੀ ਪਾ ਕੇ ਗਏ, ਸੀਐਮ ਨਾਲ ਮਿਲ ਕੇ ਆਏ, ਸੀਐਮ ਨਾਲ ਸੈਟਿੰਗ ਕਰ ਲਈ, ਇਸ ਤਰੀਕੇ ਦੋਵਾਂ ਪਾਸੋਂ ਇਲਜ਼ਾਮ ਲੱਗੇ। ਠੀਕ ਹੈ, ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਕਿ ਜੇ ਕੋਈ ਵੀ ਬੰਦਾ ਕਿਸੇ ਤੇ ਇਲਜ਼ਾਮ ਲਾ ਦੇ ਉਹ ਸੱਚ ਹੁੰਦਾ, ਕੋਈ ਵੀ ਉੱਠ ਕੇ ਕਿਸੇ ਨੂੰ ਕਹਿ ਦਿੰਦਾ ਕਿ ਤੂੰ ਆਹ ਕੀਤਾ ਤੂੰ ਆਹ ਨਹੀਂ ਕੀਤਾ, ਉਹ ਗੱਲ ਸੱਚ ਹੋ ਜੂਗੀ, ਕਮਾਲ ਹੋ ਗਈ। ਮਨਪ੍ਰੀਤ ਬਾਦਲ ਜੇ ਕੋਈ ਗੱਲ ਕਹਿ ਦੇਣਗੇ ਤਾਂ ਉਹ ਸੱਚ ਹੈ। ਮਨਪ੍ਰੀਤ ਬਾਦਲ ਨੂੰ ਅਸੀਂ ਇਲੈਕਸ਼ਨ ਵਿੱਚ ਹਰਾਇਆ ਹੈ ਔਰ 19,000 ਦੇ ਮਾਰਜਨ ਨਾਲ ਹਰਾਇਆ ਸੀ, ਅੱਜ ਤੱਕ ਉਹਨਾਂ ਨੂੰ ਇਹ ਗੱਲ ਨਹੀਂ ਹਜ਼ਮ ਹੁੰਦੀ, ਕਮਾਲ ਹੈ। ਉਹਨਾਂ ਦੀ ਕਈ ਗੱਲ ਤੇ ਤੁਸੀਂ ਯਕੀਨ ਹੀ ਕਿਉਂ ਕਰਦੇ ਹੋ, ਯਕੀਨ ਹੀ ਨਹੀਂ ਕਰਨਾ ਚਾਹੀਦਾ ਨਾ, ਕੋਈ ਵਜੂਦ ਨਹੀਂ ਉਹਨਾਂ ਦੀ ਗੱਲ ਦਾ, ਬਿਲਕੁਲ ਕੋਈ ਵਜੂਦ ਨਹੀਂ। ਔਰ ਮੈਂ ਤੁਹਾਨੂੰ ਇਹ ਗੱਲ ਹੋਰ ਦੱਸਾਂ, ਜੇ ਇੰਨਾ ਰਲੇ ਹੁੰਦੇ ਨਾ ਜਾਂ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਬਾਰ ਬਾਰ ਜਿਹੜਾ ਉਹ ਪਰੇਸ਼ਾਨ ਕਰਦੇ ਆ ਨਾ ਮੁੱਖ ਮੰਤਰੀ ਸਾਹਿਬ, ਉਹ ਸਾਨੂੰ ਇਸ ਤਰ੍ਹਾਂ ਇਨਸਲਟ ਨਾ ਕਰਦੇ। ਅਸੀਂ ਕਿਸੇ ਨਾਲ ਨਹੀਂ ਰਲੇ ਵੇ, ਅਸੀਂ ਆਪਦੀ ਜੌਬ ਨੂੰ ਲੈ ਕੇ ਬਹੁਤ ਓਨੈਸਟ ਹੈ, ਬਹੁਤ ਜ਼ਿਆਦਾ ਓਨੈਸਟ ਹੈ ਔਰ ਓਨੈਸਟ ਰਵਾਂਗੇ। ਤਾਂ ਹੀ ਟਰਾਂਸਪੋਰਟ ਨੂੰ ਲੈ ਕੇ ਇਲਜ਼ਾਮ ਲੱਗਦੇ ਨੇ ਜੀ, ਬੱਸਾਂ ਦੀ ਬੋਡੀ ਨੂੰ ਲੈ ਕੇ ਇਲਜ਼ਾਮ ਜਿਹੜੇ ਨੇ ਉਹ ਲੱਗਦੇ ਨੇ। ਫਿਰ ਮੈਂ ਇਹੀ ਗੱਲ ਕਹੂੰਗੀ ਕਿ ਕਿਸੇ ਦੇ ਕਹਿਣ ਨਾਲ ਕੋਈ ਝੂਠਾ ਤੇ ਕੋਈ ਗੱਦਾਰ ਨਹੀਂ ਬਣ ਜਾਂਦਾ, ਕਿਸੇ ਦੇ ਕਹਿਣ ਨਾਲ ਕੋਈ ਗਲਤ ਨਹੀਂ ਹੋ ਜਾਂਦਾ। ਜਿਹੜੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਪ੍ਰੂਵ ਕਰਕੇ ਵਿਖਾਓ। ਮੈਂ ਪਿਛਲੀ ਇੰਟਰਵਿਊ ਚ ਬੇਨਤੀ ਕੀਤੀ ਸੀ, ਜਿਹੜੇ ਜਿਹੜੇ ਇਲਜ਼ਾਮ ਲਾਉਂਦੇ ਆ ਕਿ ਵੇਖੋ ਮੈਂ ਸੱਚੇ ਪਾਤਸ਼ਾਹ, ਮੇਰਾ ਸਾਰਾ ਕੁਛ ਹੈ, ਮੈਂ ਜ਼ਿੰਦਗੀ ਚ ਕਦੀ ਸੌਂ ਨਹੀਂ ਖਾਧੀ, ਪਰ ਅੱਜ ਲੋਕਾਂ ਨੇ ਮਜਬੂਰ ਕਰਤਾ ਇਸ ਗੱਲ ਨੂੰ ਮੰਨਣ ਤੇ, ਤਾਂ ਮੈਂ ਇਹ ਕਹੂੰਗੀ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਚੜੋ, ਉਧਰੋਂ ਤੁਸੀਂ ਹੱਥ ਰੱਖੋ, ਇਧਰੋਂ ਮੈਂ ਰੱਖੂੰਗੀ। ਮੈਂ ਕਰਨਾ ਨਹੀਂ ਸੀ ਲਾਈਫ ਚ ਕਦੀ ਵੀ, ਪਰ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਨਾ ਤਾਂ ਬੰਦਾ ਆਪਦੀ ਕੰਸਾਇੰਸ ਦੇ ਖਿਲਾਫ ਹੋ ਕੇ ਕਈ ਵਾਰੀ ਨਾ ਬਹੁਤ, ਮਤਲਬ ਮੈਂ ਅੱਛਾ ਨਹੀਂ ਮਹਿਸੂਸ ਕਰਦੀ ਜਦੋਂ ਮੈਂ ਇਹ ਗੱਲ ਕਹਿੰਦੀ ਹੈ, ਪਰ ਮਜਬੂਰ ਹੋ ਕੇ ਕਹਿੰਦੀ ਹੈ ਕਿ ਮੈਨੂੰ ਹੁਣ ਗੁਰੂ ਗ੍ਰੰਥ ਸਾਹਿਬ ਦਾ ਉਲਟ ਆਸਰਾ ਲੈ ਕੇ ਤੁਹਾਨੂੰ ਉੱਥੇ ਖੜਾ ਕਰਨਾ ਪਊਗਾ। ਜੇ ਇਹ ਗੱਲ ਸੱਚ ਹੈ ਹੱਥ ਧਰੋ, ਇਲਜ਼ਾਮ ਤਾਂ ਬਹੁਤ ਸੌਖੇ ਹੈ ਵੀਰ ਲਾਉਣੇ। ਅੱਜ ਕੱਲ੍ਹ ਸਰਕਾਰਾਂ ਨਾ ਜਿਹੜੀਆਂ ਤਾਕਤ 'ਚ ਆ ਜਾਂਦੀਆਂ ਤਾਂ ਦੂਜੇ ਨੂੰ ਮਾਰਨ 'ਤੇ ਲੱਗ ਜਾਂਦੀਆਂ। ਇਹ ਨਹੀਂ ਕਦੀ ਕਿਹਾ ਕਿ ਟਰਾਂਸਪੋਰਟ ਡਿਪਾਰਟਮੈਂਟ ਖੜਾ ਕਰਤਾ, ਇਹ ਨਹੀਂ ਕਦੀ ਕਿਹਾ ਕਿ ਰਾਜੇ ਵੜਿੰਗ ਨੇ ਟਰਾਂਸਪੋਰਟ ਮਾਫੀਆ ਖਤਮ ਕਰਤਾ, ਇਹ ਨਹੀਂ ਕਦੀ ਕਿਹਾ ਕਿ ਜਿਹੜਾ ਬਾਦਲਾਂ ਦੀਆਂ ਇਲੀਗਲ ਬੱਸਾਂ ਚੱਲਦੀਆਂ ਸੀ ਜੇ ਪੰਜਾਬ ਦੇ ਵਿੱਚ ਕਿਸੇ ਨੇ ਰੋਕੀਆਂ ਤੇ ਪੰਜਾਬ ਨੇ ਸਰਕਾਰੀ ਟਰਾਂਸਪੋਰਟ ਨੂੰ ਮੁਨਾਫੇ 'ਚ ਲਿਆਂਦਾ ਤਾਂ ਉਹ ਰਾਜਾ ਵੜਿੰਗਿਆ, ਕਿਸੇ ਨੇ ਨਹੀਂ ਇਹ ਕਿਹਾ। ਤੁਸੀਂ ਦੇਖੋ ਨਾ ਕਿ ਮਤਲਬ ਜਿਹੜੇ ਅੱਗੇ ਤੋਂ ਮਿਨਿਸਟਰਸ ਆਉਣ ਕੰਮ ਕਰਨਾ ਚਾਹੁਣ, ਅਗਲੇ ਡਰਦੇ ਕੰਮ ਹੀ ਨਾ ਕਰਨ, ਕਿੰਨਾ ਗਲਤ ਟ੍ਰੈਂਡ ਸੈੱਟ ਹੋ ਰਿਹਾ। ਮੈਂ ਸਰਕਾਰਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਪਲੀਜ਼ ਇਸ ਤਰ੍ਹਾਂ ਨਾ ਕਰੋ, ਸਦਾ ਕਿਸੇ ਨੇ ਗੱਦੀ ਤੇ ਨਹੀਂ ਬੈਠੇ ਰਹਿਣਾ, ਇਹ ਸਾਈਕਲ ਹੈ, ਘੁੰਮਦੇ ਰਹਿਣਾ, ਕਦੀ ਕੋਈ ਤੱਕ 'ਚ ਹੈ ਕਦੀ ਕੋਈ ਤੱਕ 'ਚ ਹੈ। ਇੱਕ ਦੂਜੇ ਦੀ ਇੱਜ਼ਤ ਕਰਿਆ ਕਰੀਏ, ਇੱਕ ਦੂਜੇ ਦੇ ਕੀਤੇ ਕੰਮਾਂ ਨੂੰ ਨਾ ਇਕਨੋਲੇਜ ਕਰਿਆ ਕਰੀਏ, ਤੇ ਇਸ ਪੋਲੀਟੀਕਲ ਫੀਲਡ ਨੂੰ ਆਪਾਂ ਸਾਫ਼ ਰੱਖੀਏ, ਇੱਜ਼ਤ ਵਾਲੀ ਫੀਲਡ ਬਣਾਈਏ, ਨਾ ਇੱਕ ਦੂਜੇ ਤੇ ਇਲਜ਼ਾਮ ਲਾਈਏ ਤੇ ਨਾ ਇੱਕ ਦੂਜੇ ਨੂੰ ਇੰਨੀ ਭੱਦੀ ਸ਼ਬਦਾਵਲੀ ਵਰਤੀਏ। ਮੇਰੀ ਤਾਂ ਰਿਕੁਐਸਟ ਹੈ, ਬਾਕੀ ਤਾਂ ਅਗਲਿਆਂ ਦੀ ਮਰਜ਼ੀ ਹੈ। ਮੈਂ ਬਠਿੰਡਾ ਸੀਟ ਤੇ ਦੁਬਾਰਾ ਆਉਣਾ, ਰਾਜਾ ਵੜਿੰਗ ਹੋਰਾਂ ਨੇ ਤੁਹਾਨੂੰ ਮਨਾਇਆ ਕਿਵੇਂ, ਜਾਂ ਜਦੋਂ ਤੁਹਾਡਾ ਮਨ ਉਦਾਸ ਹੋਇਆ ਕਿਵੇਂ ਕਿਵੇਂ ਉਹ ਗੱਲਬਾਤ ਹੋਈ ਕਿ ਤੁਸੀਂ ਫਿਰ ਜਾਂ ਲੁਧਿਆਣੇ ਦਾ ਚਾਹ ਚੜ ਗਿਆ ਕਿ ਠੀਕ ਹੈ ਆਪਣਾ, ਕਿਉਂਕਿ ਅਮੂਮਨ ਇਹ ਹੁੰਦਾ ਕਿ ਜਿਹੜੀ ਘਰ ਵਾਲੀ ਹੁੰਦੀ ਹੈ ਨਾ ਉਹ ਆਪਣਾ ਹੱਕ ਆਪਣੇ ਘਰ ਵਾਲੇ ਪਿੱਛੇ ਕਰ ਦਿੰਦੀ ਹੈ, ਜੋ ਤੁਹਾਡੇ ਨਾਲ ਵੀ ਹੋਇਆ। ਮੈਂ ਤੁਹਾਨੂੰ ਇੱਕ ਗੱਲ ਕਹੂੰਗੀ ਮੇਰੇ ਵੀਰ ਕਿ ਕਦੀ ਨਾ ਮੈਂ ਮੀ ਐਂਡ ਮਾਈਸੈਲਫ ਮੇਰੇ ਬਾਰੇ ਮੈਂ ਕਦੀ ਇੰਨਾ ਜ਼ਿਆਦਾ ਫੋਕਸ ਨਹੀਂ ਕੀਤਾ ਗਾ, ਹਮੇਸ਼ਾ ਦਿਮਾਗ ਦੇ ਵਿੱਚ ਫੈਮਿਲੀ ਪਹਿਲਾਂ ਰੱਖੀ ਹੈ, ਹਮੇਸ਼ਾ ਹੀ।
ਕਦੀ ਜ਼ਿੰਦਗੀ ਵਿੱਚ ਇਹ ਨਹੀਂ ਰਿਹਾ ਕਿ ਮੈਂ ਆਹ ਕਰਨਾ, ਮੈਂ ਉਹ ਕਰਨਾ। ਸੋ ਫੈਮਿਲੀ ਦੇ ਜਿੱਥੇ ਸਾਂਝੇ ਫੈਸਲੇ ਹੁੰਦੇ ਹੈ ਔਰ ਜੋ ਫੈਮਿਲੀ ਲਈ ਬੈਸਟ ਹੁੰਦਾ ਹੈ, ਜਦੋਂ ਬੈਠ ਕੇ ਗੱਲਬਾਤ ਕਰੀਦੀ ਹੈ ਤਾਂ ਆਈ ਥਿੰਕ ਮੈਂ ਸ਼ੁਰੂ ਤੋਂ ਉਹਨਾਂ ਫੈਸਲਿਆਂ ਦੇ ਨਾਲ ਖੜਨਾ ਠੀਕ ਸਮਝਿਆ। ਕੋਈ ਗਿਫਟ ਦਿੱਤਾ ਉਹਨਾਂ ਨੇ ਜਾਂ ਕੋਈ ਕਿਸੇ ਕੀ ਮਨਾਇਆ ਕਿਸ ਤਰੀਕੇ ਦੇ ਨਾਲ, ਜਾਂ ਤੁਹਾਨੂੰ ਕਿਸੇ ਡਿਨਰ ਤੇ ਲੈ ਕੇ ਗਏ ਹੋਣ ਕਿ ਠੀਕ ਹੈ ਮੈਂ ਪ੍ਰਧਾਨ ਹਾਂ ਤੇ ਮੇਰੀ ਇੱਕ ਜ਼ਿੰਮੇਵਾਰੀ ਹੈ ਕਿਤੇ ਨਾ ਕਿਤੇ ਐਡਜਸਟ ਕਰਨਾ ਹੋਵੇ, ਕੀ ਗੱਲਬਾਤ ਉਹ ਕੀ ਹੋਈ ਸੀ ਜੇ ਤੁਸੀਂ ਦੱਸ ਸਕੋ? ਮੇਰੇ ਵੀਰ ਕਿਸੇ ਡਿਨਰ ਤੇ ਨਹੀਂ ਲੈ ਕੇ ਗਏ, ਆਹ ਤਾਂ ਤੁਸੀਂ ਮੈਨੂੰ ਚੰਗੀ ਗੱਲ ਦੱਸਤੀ ਸਮਾਂ, ਆਹ ਵਧੀਆ ਗੱਲ ਦੱਸਤੀ, ਹੁਣ ਜਾ ਕੇ ਮੈਂ ਇਹੀ ਗੱਲ ਕਰਨੀ ਹੈ ਕਿ ਹਾਂ ਸੀਟ ਤਾਂ ਛੜਾ ਲਈ ਮੇਰੇ ਤੋਂ ਤੇ ਇਹਨੂੰ ਕਰੋ ਕੰਪਰੋਮਾਈਜ਼ ਕਿਵੇਂ ਕਰਦੇ ਹੋ, ਬਸ ਇੱਕ ਅੱਛਾ ਡਿਨਰ ਮੈਨੂੰ ਲੱਗਦਾ ਸੈਟਲ ਕਰ ਦੂਗਾ। ਦੇਖੋ ਠੀਕ ਹੈ, ਰਾਜਾ ਜੀ ਬਿਲਕੁਲ ਸਹੀ ਕਹਿ ਰਹੇ ਹੋ, ਪਰ ਰਾਜਾ ਜੀ ਸੋਰੀ ਮੰਗਣ ਚ ਸਭ ਤੋਂ ਉੱਪਰ ਹੈ। ਪਰਿਵਾਰ ਚ ਕੋਈ ਸੋਰੀ ਬੋਲੇ ਉਹ ਤੋਂ ਪਹਿਲਾਂ ਰਾਜਾ ਜੀ ਬੋਲ ਦਿੰਦੇ। ਸੋ ਉਹਨਾਂ ਨੇ ਮੰਗੀ ਉਸ ਦਿਨ ਸੋਰੀ? ਚਲੋ ਮੰਗੀ ਵਿਚਾਰਿਆਂ ਮਾਫ ਕੀਤਾ ਕਿ ਇਹਦੇ ਚ ਦੇਖੋ ਜ਼ਿੰਦਗੀ ਚ ਬੜਾ ਕੁਝ ਹੈ। ਯਾ ਤੁਸੀਂ ਸਕਰੀਨ ਤੇ ਉਹ ਦੇਖ ਰਹੇ ਹੋਣੇ ਤੁਹਾਨੂੰ ਕਿ ਡਿਨਰ ਤੇ ਲੈ ਜਾਓ ਸਭ ਠੀਕ ਹੈ ਜ਼ਿੰਦਗੀ ਚ। ਨਹੀਂ ਨਹੀਂ ਲੁਧਿਆਣੇ ਦਾ ਕਹਿੰਦੇ ਖਾਣ ਪੀਣ ਦੀਆਂ ਰੈਸਟੋਰੈਂਟ ਹੀ ਬਹੁਤ ਅੱਛੇ ਨੇ, ਕੋਈ ਅੱਛਾ ਬਸੰਤ ਰੈਸਟੋਰੈਂਟ ਹੈ ਬਹੁਤ ਅੱਛੇ ਰੈਸਟੋਰੈਂਟ, ਕਿਤੇ ਕੋਈ ਜਗ੍ਹਾ ਤੁਸੀਂ ਫਾਈਨਲ ਕਰੋ, ਦੇਖ ਰਹੇ ਹੋਣੇ ਜਦੋਂ ਟਾਈਮ ਮਿਲਿਆ ਤੁਹਾਡੇ ਤੁਹਾਨੂੰ ਲੈ ਜਾਣਗੇ 11-12 ਵਜੇ ਬੜਾ ਚੰਗਾ ਲੱਗਿਆ ਮੇਰੇ ਲਈ ਡਿਨਰ ਹੋਏਗਾ। ਵੈਰੀ ਗੁੱਡ ਜੀ ਰਾਜਾ ਜੀ, ਤੇ ਮੈਂ ਜਾ ਸਕੀਏ ਬਿਕੋਜ਼ ਜਿੱਦਣ ਦੇ ਇੱਥੇ ਆਏ ਹਾਂ ਤੇ ਇਕੱਠੇ ਡਿਨਰ ਕਰਨ ਦਾ ਜਾਂ ਬ੍ਰੈਕਫਾਸਟ ਕਰਨ ਦਾ ਮੌਕਾ ਨਹੀਂ ਮਿਲਿਆ, ਜ਼ਿੰਦਗੀ ਦੇ ਰੁਝੇਵੇਂ ਔਰ ਲੁਧਿਆਣਾ ਸੀਟ ਬਿਜ਼ੀ ਰੱਖ ਰਹੀ ਹੈ, ਪਰ ਕੋਈ ਗੱਲ ਨਹੀਂ ਡਿਨਰ ਤੇ ਮੈਂ ਲੈ ਜਾਊਂਗੀ ਜਦੋਂ ਤੁਸੀਂ ਲੈ ਜਾਓਗੇ ਉਹ ਲੈ ਜਾਣਗੇ, ਰਾਜਾ ਲੈ ਜਾਣਗੇ, ਕੋਈ ਗੱਲ ਹੈ ਇਕੱਠੇ ਜਾਂਦੇ ਰਹਾਂਗੇ। ਦੂਸਰਾ ਮੇਰੀ ਜਦੋਂ ਲੇਕ ਤੇ ਉਹਨਾਂ ਨਾਲ ਇੰਟਰਵਿਊ ਹੋ ਰਹੀ ਸੀ ਜੀ, ਕਹਿੰਦੇ ਮੇਰੇ ਹੱਥ ਦੀ ਲਕੀਰ ਲਿਖੀ ਹੋਈ ਹੈ ਕਿ ਇੱਕ ਦਿਨ ਮੈਂ ਸੀਐਮ ਜ਼ਰੂਰ ਬਣੂੰਗਾ, ਮੈਂ ਇੰਤਜ਼ਾਰ ਕਰੂੰਗਾ ਆਪਣੀ ਵਾਰੀ ਦਾ, ਲੇਕਿਨ ਮੈਨੂੰ ਲੱਗਦਾ ਜ਼ਰੂਰ ਹੈ ਕਿ ਜਿਵੇਂ ਮੈਂ ਗਿੱਦੜਬਾਹਾ ਤੋਂ ਉੱਠਿਆ, ਇੱਕ ਸਧਾਰਨ ਪਰਿਵਾਰ ਤੋਂ ਉੱਠਿਆ, ਸਿਆਸਤ ਚ ਮੇਰਾ ਕੋਈ ਨਹੀਂ ਸੀ, ਜੇ ਮੈਂ ਸੂਬੇ ਦਾ ਪ੍ਰਧਾਨ ਬਣ ਸਕਦਾ ਤਾਂ ਇੱਕ ਦਿਨ ਮੈਂ ਸੀਐਮ ਜ਼ਰੂਰ ਬਣੂੰਗਾ, ਮੇਰੀ ਇੱਛਾ। ਬਿਲਕੁਲ ਅੰਮ੍ਰਿਤਾ ਵੜਿੰਗ ਦੀ ਇੱਛਾ ਹੈ ਕਿ ਇੱਕ ਦਿਨ ਸੀਐਮ ਦੀ ਕੁਰਸੀ ਤੇ ਰਾਜਾ ਵੜਿੰਗ ਨੂੰ ਤੁਸੀਂ ਦੇਖੋ, ਚਾਹੇ ਉਹ 2027 ਹੋਵੇ, 32 ਹੋਵੇ, 37 ਹੋਵੇ। ਦੇਖੋ ਅੱਜ ਤੱਕ ਸੱਚੇ ਪਾਤਸ਼ਾਹ ਨੇ ਕਦੀ ਕੋਈ ਇੱਛਾ ਅਧੂਰੀ ਨਹੀਂ ਰੱਖੀ, ਤੇ ਜਦੋਂ ਮਾਲਕ ਕੋਈ ਇੱਛਾ ਦਿਮਾਗ ਚ ਪਾਉਂਦਾ ਹੈ ਨਾ ਤੇ ਉਹਨੂੰ ਸਾਬਤ ਵੀ ਆਪ ਹੀ ਕਰਦਾ ਹੈ, ਉਹਨੂੰ ਅਮਲੀ ਜਾਮਾ ਆਪ ਹੀ ਪਾਉਂਦਾ ਹੈ, ਤੇ ਜੇ ਇਹ ਸੋਚ ਦਿਮਾਗ ਚ ਪਾਈ ਹੈ ਰਾਜਾ ਜੀ ਦੇ ਤਾਂ ਜ਼ਰੂਰ ਸੱਚੇ ਪਾਤਸ਼ਾਹ ਪੂਰੀ ਕਰਨਗੇ, ਕਿਉਂ ਨਹੀਂ ਪੂਰੀ ਕਰਨਗੇ, ਸੋਚ ਪਾਉਣ ਵਾਲੇ ਵੀ ਉਹ ਹੈ, ਪੂਰੀ ਕਰਨ ਵਾਲੇ ਵੀ ਉਹ ਹੈ। ਮੈਂ ਰਾਜਾ ਜੀ ਨੂੰ ਹਮੇਸ਼ਾ ਗੁਰਲੱਕ ਵਿਸ਼ ਕਰਦੀ ਹਾਂ, ਹੁਣ ਵੀ ਕਰਦੀ ਹਾਂ, ਤੇ ਪੂਰਾ ਸਾਥ ਦਿਉਂਗੀ ਜਿੰਨਾ ਦੇ ਸਕਦੀ ਹੋਈ, ਕਿਉਂ ਨਹੀਂ ਹੋਊਗਾ ਪੂਰਾ। ਦੁਨੀਆਂ ਤੇ ਕਿਹੜੀ ਚੀਜ਼ ਹੈ ਜਿਹੜੀ ਬੰਦਾ ਸੋਚ ਲੇ ਤੇ ਪੂਰੀ? ਕਿਹੜੇ 27 ਚ ਦੇਖਦੇ ਹੋ, 32 ਚ ਦੇਖਦੇ ਹੋ, 37 ਦੇਖਦੇ? ਨਹੀਂ ਮੈਂ ਕਦੀ ਇਸ ਤਰ੍ਹਾਂ ਨਹੀਂ ਸੋਚਿਆ, ਪਰ ਮੈਨੂੰ ਇਹ ਪਤਾ ਕਿ ਜੋ ਸੱਚੇ ਪਾਤਸ਼ਾਹ ਕਰਨਗੇ ਠੀਕ ਕਰਨਗੇ, ਜੋ ਉਹਨਾਂ ਨੂੰ ਮਨਜ਼ੂਰ ਹੋਇਆ, ਜਿਹੜਾ ਸਮਾਂ ਉਹਨਾਂ ਨੂੰ ਮਨਜ਼ੂਰ ਹੋਇਆ ਆਪੇ ਕਰ ਦੇਣਗੇ, ਮੈਨੂੰ ਤਾਂ ਕਿਸੇ ਗੱਲ ਲਈ ਕੋਈ ਕਾਹਲੀ ਨਹੀਂ, ਬੜੇ ਸਹਿਜ ਨਾਲ ਜ਼ਿੰਦਗੀ ਬਤੀਤ ਕਰਦੇ ਆ, ਜੋ ਮਾਲਕ ਨੂੰ ਮਨਜ਼ੂਰ ਹੈ। ਮੈਂ ਡਿਨਰ ਦਾ ਜ਼ਿਕਰ ਕਰ ਰਿਹਾ ਸੀ, ਮੈਨੂੰ ਇੱਥੋਂ ਯਾਦ ਆਇਆ, ਥੋੜੀ ਦੇਰ ਪਹਿਲਾਂ ਮੈਂ ਰਾਣਾ ਸੋਢੀ ਹੋਰਾਂ ਦੀ ਵਾਈਫ ਦਾ ਇੰਟਰਵਿਊ ਕਰ ਰਿਹਾ ਸੀ, ਉਹ ਕਹਿੰਦੇ ਕਿ ਮੈਂ ਜਿਹੜੀ ਕੁਕਿੰਗ ਹੈ ਉਹ ਮੈਂ ਰਾਣਾ ਸੋਢੀ ਹੋਰਾਂ ਕੋਲ ਸਿੱਖੀ ਹੈ, ਉਹ ਬਿਹਤਰੀਨ ਜਿਹੜਾ ਕੁੱਕ ਕਰਦੇ ਨੇ, ਮੈਨੂੰ ਕਈ ਵਾਰ ਜਦੋਂ ਮੇਰਾ ਮੂਡ ਖਰਾਬ ਹੋਵੇ ਜਾਂ ਹੋਵੇ ਉਹ ਮੇਰੇ ਲਈ ਕੁੱਕ ਕਰਦੇ। ਰਾਜਾ ਸਾਹਿਬ ਨੇ ਕਦੀ ਕੁਛ ਬਣਾ ਕੇ ਖਵਾਇਆ ਤੁਹਾਨੂੰ? ਰਾਜਾ ਜੀ ਚਾਹ ਬਹੁਤ ਅੱਛੀ ਬਣਾਉਂਦੇ, ਬਹੁਤ ਅੱਛੀ ਚਾਹ ਬਣਾਉਂਦੇ ਆ ਰਾਜਾ, ਸ਼ਾਇਦ ਮੈਨੂੰ ਨਹੀਂ ਇੰਨੀ ਅੱਛੀ ਬਣਾਉਣੀ ਆਉਂਦੀ। ਇਜ਼ ਵੈਰੀ ਗੁੱਡ ਐਟ ਟੀ, ਬੇਸਿਕ ਟੀ ਹੈ ਪਰ ਬੜੀ ਆਰਾਮ ਨਾਲ, ਬੜੀ ਸ਼ਿੱਦਤ ਨਾਲ, 15-20 ਮਿੰਟ ਲਾ ਕੇ ਨਾ ਉਹਨੂੰ ਕੱਲੀ ਚਾਹ ਨਾਲ ਸਾਰ ਦਿੰਦੇ ਸਵੇਰੇ ਸਵੇਰੇ।
ਮੇਰੇ ਲਈ ਤਾਂ ਚਾਹ ਪੂਰਾ ਡਿਨਰ ਹੋ ਜਾਂਦਾ ਹੈ। ਮੇਰੇ ਲਈ ਰਾਜਾ ਚਾਹ ਬਣਾ ਕੇ ਲਿਆਉਣ ਮਹੀਨੇ ਚ ਇੱਕ ਅੱਧੀ ਵਾਰੀ ਪਿਲਾ ਦਿੰਦੇ? ਨਹੀਂ ਨਹੀਂ, ਕਿੱਥੇ ਕੀ ਗੱਲ ਕਰ ਰਹੇ ਹੋ ਮੇਰੇ ਵੀਰ, 20 ਦਿਨ ਮਹੀਨਾ ਨਹੀਂ ਨਹੀਂ, ਮੌਕਾ ਹੀ ਨਹੀਂ ਮਿਲਦਾ, ਮੌਕਾ ਹੀ ਨਹੀਂ ਮਿਲਦਾ, ਮੌਕਾ ਨਹੀਂ ਮਿਲਦਾ। ਪਰ ਮੇਰੇ ਲਈ ਤਾਂ ਇਕੱਠੇ ਬੈਠ ਕੇ ਚਾਰ ਗੱਲਾਂ ਕਰ ਲੈਣੀਆਂ, ਬੱਚਿਆਂ ਦੇ ਨਾਲ ਬੈਠ ਕੇ ਕੁਛ ਗੱਲਾਂ ਪਰਿਵਾਰ ਦੀਆਂ ਸਾਂਝੀਆਂ ਕਰ ਲੈਣੀਆਂ, ਮੇਰੇ ਲਈ ਤਾਂ ਇਹੀ ਬਹੁਤ ਵੱਡਾ ਇੱਕ ਦਿਨ ਦੀ ਚੰਗੀ ਸ਼ੁਰੂਆਤ ਹੁੰਦੀ ਹੈ। ਕਿਉਂਕਿ ਮੈਂ ਇਹ ਸਵਾਲ ਇਸ ਕਰਕੇ ਪੁੱਛ ਰਿਹਾ ਕਿ ਜੇ ਤੁਸੀਂ ਉਹਨਾਂ ਦੀ ਬੈਕਬੋਨ ਹੋ, ਜੇ ਤੁਸੀਂ ਉਹਨਾਂ ਦਾ ਸਿਆਸੀ ਗ੍ਰਾਫ ਇੱਥੋਂ ਦੀ ਇੱਥੇ ਲੈ ਕੇ ਜਾ ਰਹੇ ਹੋ, ਤਾਂ ਘਰ ਦੇ ਵਿੱਚ ਜਿਹੜੇ ਛੋਟੇ ਛੋਟੇ ਕੰਮ ਨੇ ਜਿਹਦੇ ਨਾਲ ਵਾਈਫ ਨੂੰ ਬੜਾ ਅੱਛਾ ਲੱਗਦਾ, ਚਾਹੇ ਡਿਨਰ 'ਤੇ ਲੈ ਜਾਣਾ, ਚਾਹੇ ਉਹ ਚਾਹ ਬਣਾਉਣਾ ਜਾਂ ਕਿਸੇ ਵੇਲੇ ਮੈਗੀ ਬਣਾ ਕੇ ਖਵਾ ਦੇਣਾ, ਤਾਂ ਉਹ ਸੁਣਦੇ ਵੀ ਹੋਣਗੇ ਔਰ ਲੋਕ ਵੀ ਦੇਖਦੇ ਹੋਣਗੇ ਸ਼ਾਇਦ। ਦੇਖੋ ਰਾਜਾ ਨੇ ਇੱਕ ਬਹੁਤ ਅੱਛੇ ਹਸਬੈਂਡ ਹੈ, ਕੁਕਿੰਗ ਤਾਂ ਨਹੀਂ ਮੈਂ ਕਹਿੰਦੀ ਕਰਦੇ ਹੈ, ਪਰ ਬਾਕੀ ਸਾਰੇ ਕੰਮ, ਮਤਲਬ ਹੀ ਇਜ਼ ਅ ਵੈਰੀ ਗੁੱਡ ਹਸਬੈਂਡ, ਅ ਵੈਰੀ ਰਿਸਪੋਂਸੀਬਲ ਹਸਬੈਂਡ, ਕਿ ਮਤਲਬ ਮੈਨੂੰ ਕੰਮਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਅਮੂਮਨ ਕਿਉਂਕਿ ਸਿਆਸੀ ਲਾਈਫ ਦੇ ਵਿੱਚ ਨਾ ਮੇਰੇ ਬਹੁਤ ਸਾਰੇ ਸਿਆਸਤਦਾਨਾਂ ਨਾਲ ਗੱਲਬਾਤ ਹੁੰਦੀ ਹੈ, ਉਹਨਾਂ ਦੀ ਵਾਈਫ ਦੀ ਉਹਨਾਂ ਦੀ ਬੱਚਿਆਂ ਦੀ ਇੱਕੋ ਸ਼ਿਕਾਇਤ ਹੁੰਦੀ ਕਿ ਸਾਡੇ ਹਸਬੈਂਡ ਟਾਈਮ ਨਹੀਂ ਦੇ ਪਾਉਂਦੇ, ਨਹੀਂ ਦੇ ਪਾਉਂਦੇ। ਮੈਂ ਵੀ ਇਹੀ ਕਹਿੰਦੀ ਨਹੀਂ ਦਿੰਦੇ ਟਾਈਮ, ਨਹੀਂ ਟਾਈਮ ਦਿੱਤਾ ਨਹੀਂ ਜਾਂਦਾ ਬਿਕੋਜ਼ ਬਿਜ਼ੀ ਬਹੁਤ ਹੈ। ਵੇਖੋ ਜੇ ਬੱਚਿਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਟਾਈਮ ਚਾਹੀਦਾ ਸੀਗਾ, ਇਹ ਸਾਡਾ ਮੀ ਟਾਈਮ ਸੀਗਾ, ਬਿਲਕੁਲ, ਲੇਕਿਨ ਕਦੀ ਲੁਧਿਆਣੇ ਤੋਂ ਬਠਿੰਡੇ ਚਲੇ ਗਏ, ਦਿੱਲੀ ਚਲੇ ਗਏ, ਅੰਮ੍ਰਿਤਸਰ ਚਲੇ ਗਏ, ਤਾਂ ਸਾਨੂੰ ਸਾਡਾ ਟਾਈਮ ਚਾਹੀਦਾ ਕਿ ਜਿਵੇਂ ਮਰਜ਼ੀ ਟਾਈਮ ਕੱਢੋ। ਜ਼ਿੰਦਗੀ ਦੇ ਰੁਝੇਵੇਂ, ਜ਼ਿੰਦਗੀ ਦੇ ਕੰਮ ਇਸ ਤਰ੍ਹਾਂ ਦੇ ਹੈ, ਦੇਖੋ ਜਾਂ ਤਾਂ ਲੋਕਾਂ ਦੇ ਨਾਲ ਪ੍ਰੋਮਿਸਿਸ ਨਾ ਕਰੀਏ, ਤੇ ਜੇ ਪ੍ਰੋਮਿਸਿਸ ਕੀਤੇ ਆ ਪੂਰੇ ਕਰਨੇ ਪੈਣਗੇ। ਕਿਉਂਕਿ ਹਰਸਿਮਰਤ ਬਾਦਲ ਨੇ ਵੀ ਇੱਕ ਦਿਨ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਟਾਈਮ ਨਹੀਂ ਦੇ ਪਾਏ, ਇਸ ਗੱਲ ਦਾ ਹਮੇਸ਼ਾ ਮਲਾਲ ਰਹਿੰਦਾ, ਦੁੱਖ ਰਹਿੰਦਾ, ਨਹੀਂ ਦੇ ਪਾਉਂਦੇ ਟਾਈਮ, ਇਸ ਗੱਲ 'ਚ ਕੋਈ ਦੋ ਰਾਏ ਨਹੀਂ, ਮਲਾਲ ਹੁੰਦਾ, ਦੁੱਖ ਹੁੰਦਾ। ਮੈਂ ਆਪਦੀ ਪੂਰੀ ਕੋਸ਼ਿਸ਼ ਕਰਦੀ ਹਾਂ, ਹੁਣ ਦੋਨੋਂ ਬੱਚੇ ਮੇਰੇ ਨਾਲ ਹੈ, ਬੱਚਿਆਂ ਨੂੰ ਕਈ ਵਾਰੀ ਕੰਪਰੋਮਾਈਜ਼ ਕਰਨਾ ਪੈਂਦਾ ਹੈ। ਉਹ ਤੁਹਾਡੇ ਨਾਲ ਤਾਂ ਨੇ, ਤੁਸੀਂ ਉਹਨਾਂ ਨੂੰ ਇਲੈਕਸ਼ਨ 'ਚ ਲੈ ਕੇ ਜਾ ਰਹੇ ਹੋ, ਇਲੈਕਸ਼ਨ 'ਚ ਕੈਂਪੇਨ ਦਿਖਾ ਰਹੇ ਹੋ। ਨਹੀਂ, ਮੈਨੂੰ ਇਹ ਹੁੰਦਾ ਕਿ ਬੱਚੇ ਮੇਰੇ ਨਾਲ ਰਹਿਣ ਰਾਤ ਨੂੰ ਸਾਰੇ, ਮਤਲਬ ਬੱਚੇ ਮੇਰੇ ਨਾਲ ਬਹਿਣ, ਸੁਬਾਹ ਐਟਲੀਸ ਬ੍ਰੇਕਫਾਸਟ 'ਤੇ ਮੈਂ ਅਤੇ ਮੇਰੇ ਬੱਚੇ ਇਕੱਠੇ ਹੋਈਏ, ਮੈਕਸੀਮਮ ਟਾਈਮ ਬੱਚਿਆਂ ਨਾਲ ਸਪੈਂਡ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਪਰ ਹਾਂ, ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਬੱਚਿਆਂ ਨਾਲ ਸਮਾਂ ਨਾ ਬਤੀਤ ਕਰਨ ਦਾ ਕਿਤੇ ਨਾ ਕਿਤੇ ਥੋਟ ਰਹਿੰਦੀ ਹੈ ਦਿਲ ਦੇ ਵਿੱਚ। ਅੱਛਾ, ਰਾਜਾ ਬੜਿੰਗ ਹੋਰਾਂ ਦਾ ਪ੍ਰਧਾਨ ਬਣਨ ਤੋਂ ਬਾਅਦ ਇੱਕ ਅਲੱਗ ਅੰਦਾਜ਼ ਨਜ਼ਰ ਆਇਆ, ਜਿਹੜੇ ਅਗਰੈਸਿਵ ਸੀ, ਬੜਾ ਠਹਿਰਾਵ ਆ ਗਿਆ ਉਹਨਾਂ 'ਚ, ਜਿਹੜਾ ਅਟੈਕ ਕਰਦੇ ਸੀ ਬਾਦਲ ਪਰਿਵਾਰ ਦੇ ਉੱਤੇ ਜਾਂ ਕਿ ਆਪਣੇ ਵਿਰੋਧੀਆਂ 'ਤੇ ਕਿਤੇ ਵੀ, ਠਹਿਰਾਵ ਆਇਆ, ਦਸਤਾਰ ਉਹਨਾਂ ਨੇ ਸਜ਼ਾ ਲਈ, ਦਸਤਾਰ ਤੋਂ ਬਾਅਦ ਇੱਕ ਵੱਖਰਾ ਅੰਦਾਜ਼ ਉਹਨਾਂ ਦਾ ਦੇਖਣ ਨੂੰ ਮਿਲਿਆ। ਇਹ ਦਸਤਾਰ ਤੁਸੀਂ ਉਹਨਾਂ ਨੂੰ ਕਿਹਾ ਸੀ ਕਿ ਠੀਕ ਹੈ, ਸਾਰੀ ਉਮਰ ਜਿਹੜੀ ਜਵਾਨੀ ਦੀ ਸੀਗੀ ਉਹ ਕੱਢ ਲਈ ਬਿਨਾਂ ਦਸਤਾਰ ਤੋਂ, ਹੁਣ ਦਸਤਾਰ ਸਜ਼ਾਉਣ ਦਾ ਟਾਈਮ, ਇਹ ਤੁਸੀਂ ਕਿਹਾ ਸੀ ਕਿਉਂਕਿ, ਜਾਂ ਕਿਸੇ ਹੋਰ ਨੇ ਕਿਹਾ ਸੀ? ਇਹ ਕੌਣ ਕਹਿੰਦਾ ਕਿ ਰਾਜਾ ਜੀ ਹੁਣ ਜਵਾਨ ਨਹੀਂ? ਰਾਜਾ ਤਾਂ ਹੁਣ ਵੀ ਜਵਾਨ ਹੈ। ਇਹ ਨਹੀਂ ਕੋਈ ਗੱਲ ਗੀ ਕਿ ਇਹਦਾ ਉਮਰ ਨਾਲ ਨਹੀਂ, ਮੈਨੂੰ ਲੱਗਦਾ ਜਿਵੇਂ ਜਿਵੇਂ ਤੁਸੀਂ ਲਾਈਫ 'ਚ ਗਰੋ ਕਰਦੇ ਹੋ, ਜਿਵੇਂ ਜਿਵੇਂ ਉਮਰ ਵੱਧਦੀ ਹੈ, ਆਈ ਥਿੰਕ ਜ਼ਿੰਦਗੀ 'ਚ ਸਹਿਜ ਆਉਂਦਾ ਜਾਂਦਾ ਹੈ, ਅਤੇ ਸੱਚੇ ਪਾਤਸ਼ਾਹ ਅੰਦਰੋਂ ਹੀ ਬੰਦੇ ਨੂੰ ਇੱਕ ਸਮਝ ਦਿੰਦਾ, ਇੱਕ ਹਿੰਮਤ ਦਿੰਦਾ, ਉਹ ਉਸ ਪਾਸੇ ਆਪ ਹੀ ਮੋੜ ਲੈਂਦਾ। ਇਹ ਦਸਤਾਰ ਦਾ ਆਈਡੀਆ ਤੁਹਾਡਾ ਸੀ, ਤੁਹਾਡਾ ਕਨਸੈਪਟ ਸੀ, ਬੱਚਿਆਂ ਦਾ ਕਨਸੈਪਟ ਸੀ, ਜਾਂ ਕਿਸ ਦਾ ਕਨਸੈਪਟ ਸੀਗਾ, ਜਾਂ ਤੁਹਾਨੂੰ ਲੱਗਾ ਕਿ ਸੀਐਮ ਪੰਜਾਬ 'ਚ ਸੀਐਮ ਬਣਨ ਦੇ ਲਈ ਦਸਤਾਰ? ਰਾਜਾ ਨਾ ਬਹੁਤ ਦੇਰ ਤੋਂ ਰਾਜਾ ਜੀ ਦਸਤਾਰ ਸਜਾਉਣਾ ਚਾਹੁੰਦੇ ਸੀ, ਬਹੁਤ ਦੇਰ ਤੋਂ, ਪਰ ਪਰਮਾਤਮਾ ਨੇ ਜਦੋਂ ਪੂਰੀ ਕਰਨੀ ਸੀ ਉਦੋਂ ਹੀ ਪੂਰੀ ਕੀਤੀ। ਇਹ ਰਾਜਾ ਜੀ ਦੀ ਆਪਦੀ ਸੋਚ ਸੀ ਸ਼ੁਰੂ ਤੋਂ ਹੀ, ਹੀ ਵਾਂਟਡ ਟੂ ਡੂ ਇਟ। ਇਹ ਪਰਮਾਤਮਾ ਦੀ ਮਿਹਰ ਹੁੰਦੀ ਹੈ ਦਸਤਾਰ ਸਜਾਉਣਾ, ਹਰ ਬੰਦਾ ਨਹੀਂ ਕਰਦਾ, ਤੇ ਜੇ ਪਰਮਾਤਮਾ ਨੇ ਇਸ ਉਮਰ 'ਚ ਦਿੱਤੀ, ਮੈਂ ਤਾਂ ਉਹਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮਾਲਕ ਨੇ ਇਸ ਪਾਸੇ ਲਾਇਆ। ਇਸ ਤੋਂ ਇਲਾਵਾ ਥੋੜ੍ਹਾ ਜਿਹਾ ਮੈਂ ਸਿਆਸੀ ਗੱਲਬਾਤ ਵੀ ਕਰਦਾ, ਕਿਉਂਕਿ ਲੁਧਿਆਣਾ ਤੁਸੀਂ ਬਠਿੰਡਾ ਤੋਂ ਜਦੋਂ ਸ਼ਿਫਟ ਹੋਏ, ਗਿੱਦੜਬਾਹਾ ਤੋਂ ਸ਼ਿਫਟ ਹੋਏ, ਤੁਹਾਡੇ ਵਿਰੋਧੀ ਰਵਨੀਤ ਸਿੰਘ ਵਿੱਟੂ ਹੋਰੀ ਕਹਿੰਦੇ ਚੰਡੀਗੜ੍ਹੋਂ ਗੱਡੀ ਆਈ ਹੈ, ਲੁਧਿਆਣਾ ਖਾਣਗੇ, ਪੀਣਗੇ, ਘੁੰਮਣਗੇ,
ਫਿਰ ਇਹ ਗੱਡੀ ਜਿਹੜੀ ਆ ਉਹ ਗਿੱਦੜਵਾਹਾ ਚਲੇ ਜਾਏਗੀ। ਇੱਥੇ ਠੀਕ ਆ, ਘੁੰਮਣ ਫਿਰਨ ਲਈ ਠੀਕ ਹੈ, ਬਾਹਰੀ ਕੈਂਡੀਡੇਟ ਦਾ ਇਲਜ਼ਾਮ ਬਹੁਤ ਤੁਹਾਡੇ ਉੱਤੇ ਲੱਗਦਾ। ਦੇਖੋ ਮੈਂ ਨਾ ਕਿਸੇ ਨੂੰ, ਮੈਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੁੰਦੀ, ਪਰ ਗੱਲ ਇਹ ਹੈ ਕਿ ਜਦ ਗਿੱਦੜਵਾਹਾ ਤੋਂ ਰਾਜਾ ਜੀ ਇਲੈਕਸ਼ਨ ਫਸਟ ਟਾਈਮ ਲੜੇ ਨਾ, ਤਾਂ ਉੱਥੇ ਵਿਰੋਧੀ ਸੀ ਜਿਹੜੇ ਅਕਾਲੀ, ਉਹ ਇਹ ਕਿਹਾ ਕਰਦੇ ਸੀ ਕਿ ਇਹ ਮੁਕਤਸਰ ਤੋਂ ਆ ਗਏ ਅਤੇ ਬਾਹਰੋਂ ਆ ਗਏ, ਉੱਥੇ ਵੀ ਲੋਕ ਇਹੀ ਕਹਿੰਦੇ ਸੀ। ਅਤੇ ਉੱਥੇ ਮੈਂ ਇਹ ਕਹਿਣਾ ਚਾਹੂੰਗੀ ਕਿ 3 ਵਾਰੀ ਗਿੱਦੜਵਾਹਾ ਤੋਂ ਜਿੱਤ ਗਏ, ਉਹੀ ਅਕਾਲੀ ਜਿਹੜੇ ਸਾਨੂੰ ਬਾਹਰਲੇ ਕਹਿੰਦੇ ਸੀ ਉਹ ਸਾਰੇ ਅਕਾਲੀ ਹਾਰ ਗਏ, ਇੱਕ ਅਕਾਲੀ ਪਰਿਵਾਰ ਦਾ, ਬਾਦਲ ਪਰਿਵਾਰ ਦਾ ਬੰਦਾ ਨਹੀਂ ਜਿੱਤਿਆ ਜਿਹੜੇ ਸਾਨੂੰ ਬਾਹਰਲੇ ਕਹਿੰਦੇ ਸੀ, ਅਤੇ ਰਾਜਾ ਜੀ ਜਿੱਤ ਕੇ ਆਏ ਹੈ। ਅਤੇ ਬਿੱਟੂ ਵੀਰ ਨੂੰ ਮੈਂ ਇਹੀ ਗੱਲ ਕਹੂੰਗੀ ਕਿ ਜਿਹੜੇ ਬਾਹਰਲੇ ਕਹਿੰਦੇ ਸੀ ਉਹ ਸਾਰੇ ਹਾਰ ਗਏ, ਅਤੇ ਮੇਰੇ ਵੀਰ ਪਲੀਜ਼ ਤੁਸੀਂ ਵੀ ਤਿਆਰੀ ਕਰੋ ਇਸ ਗੱਲ ਦੀ। ਲੱਗਦਾ ਕਿ ਲੈ ਜਾਣਗੇ 100%, ਕਿਉਂਕਿ ਬਾਹਰਲਾ ਲਗਾਤਾਰ ਅਟੈਕ ਲੱਗ ਰਿਹਾ, ਇਹ ਇਲੈਕਸ਼ਨ ਹੀ ਬਾਹਰਲਾ ਅਤੇ ਇਸੇ ਗੱਲ 'ਤੇ ਲੜਿਆ ਜਾ ਰਿਹਾ ਰਵਨੀਤ ਬਿੱਟੂ ਦੇ ਵੱਲੋਂ। ਨਹੀਂ ਜੀ ਨਹੀਂ, ਬਾਹਰਲੇ ਹੈ ਹੀ ਨਹੀਂ, ਬਾਹਰਲੇ ਕਿਵੇਂ ਹੋ ਗਏ? ਪੰਜਾਬ ਦੇ ਪ੍ਰਧਾਨ, ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਲੁਧਿਆਣੇ ਦੇ ਵਿੱਚ ਬਾਹਰਲਾ ਕਿਵੇਂ ਹੋ ਗਿਆ, ਮੈਨੂੰ ਇਹ ਦੱਸੋ ਪਹਿਲਾਂ ਮਾੜਾ ਜੀ, ਕਿਸ ਤਰ੍ਹਾਂ ਬਾਹਰਲਾ ਹੋ ਗਿਆ? ਜਦੋਂ ਬਿੱਟੂ ਬਾਈ ਹਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਦੇ ਸੀ ਇਹ ਕਰਦੇ ਸੀ ਉੱਥੇ, ਜਾਂ ਜਦੋਂ ਜਲਾਲਾਬਾਦ ਤੋਂ ਲੜੇ ਉਦੋਂ ਇਹ ਕਰਦੇ ਸੀ? ਕਮਾਲ ਕਰੀ ਜਾਂਦੇ ਹੋ। ਨਾਲੇ ਪੰਜਾਬ ਵੱਖਰਾ ਕੀ ਹੈ, ਸਾਡਾ ਖਾਣ ਪਾਨ, ਸਾਡਾ ਰਹਿਣ ਸਹਿਣ, ਬੋਲੀ, ਹਰ ਚੀਜ਼ ਸੇਮ ਹੈ। ਇੱਥੋਂ 1.5 ਘੰਟੇ ਦਾ ਫਾਸਲਾ ਨਹੀਂ, ਅਤੇ ਨਾਲੇ ਜੇ ਆ ਗਏ ਨਾ ਬਾਈ ਫਿਰ ਇੱਥੇ ਪੱਕੇ ਰਵਾਂਗੇ, ਤੁਸੀਂ ਤਿਆਰੀ ਕਰਕੇ ਰੱਖੋ ਮਾੜੀ ਜੀ। ਕਿਰਾਏ ਤੇ ਕਰ ਲਿਆ, ਹੁਣ ਪਰਮਾਨੈਂਟ ਕਰ ਲੈਣ ਦਾ ਵੀ ਸੋਚ? ਲੈ ਲਾਂਗੇ, ਮੈਂ ਘਰੇ ਰਹਿ ਰਹੀ ਹਾਂ, ਜਿੱਦਣ ਦੀ ਆਈ ਹਾਂ ਘਰੇ ਰਹਿ ਰਹੀ ਹਾਂ। ਦੂਸਰਾ ਇਹ ਵੀ ਇਹ ਕਿ ਇਸ ਪੂਰੇ ਇਲੈਕਸ਼ਨ 'ਚ ਅਗਰ ਦੇਖਿਆ ਜਾਵੇ ਕਿਸ ਤਰੀਕੇ ਨਾਲ ਕਾਂਗਰਸ ਦੀਆਂ ਕਿੰਨੀਆਂ ਸੀਟਾਂ ਤੁਹਾਨੂੰ ਨਜ਼ਰ ਆਉਂਦੀਆਂ? ਪਿਛਲੀ ਵਾਰ ਨਾਲੋਂ ਜ਼ਿਆਦਾ ਆਉਣਗੀਆਂ। ਪਿਛਲੀ ਵਾਰ 8 ਆਈਆਂ ਸੀ, ਲੇਕਿਨ 24 ਆਉਂਦੇ ਆਉਂਦੇ ਪਰਨੀਤ ਕੌਰ ਵੀ ਚਲੇ ਗਏ, ਫਿਰ ਕੀ ਹੋ ਗਿਆ? ਚਲੇ ਗਏ, ਤਮਾਮ ਚਲੇ ਗਏ, ਫਿਰ ਕੀ ਹੋ ਗਿਆ? ਚਲੇ ਗਏ, ਕਈ ਵਾਪਸ ਵੀ ਮੁੜੇ ਆਏ ਹੌਲੀ ਹੌਲੀ, ਤੁਸੀਂ ਦੇਖਿਆ ਜੇ ਲੋਕ ਕਿਵੇਂ ਮੁੜਦੇ। ਬਿਲਕੁਲ, ਮਿਸਟਰ ਖੰਗੂੜਾ ਨੂੰ ਜੁਆਇਨ ਕਰਾਇਆ, ਚਿੰਤਾ ਨਾ ਕਰੋ ਮੇਰੇ ਵੀਰ, ਮਾਲਕ ਨੇ ਬੜੀ ਕਿਰਪਾ ਕਰਨੀ ਹੈ। ਫਿਰ ਵੀ ਮਿਸਿਸ ਪਰਨੀਤ ਕੌਰ ਚਲੇ ਗਏ, ਮਿਸਟਰ ਗਾਂਧੀ ਪਟਿਆਲਾ ਇਸ ਵਾਰੀ ਵੀ ਜਿੱਤਾਂਗੇ ਭਾਵੇਂ ਪਰਨੀਤ ਕੌਰ ਚਲੇ ਗਏ। ਮਿਸਟਰ ਗਾਂਧੀ ਉਮਨ ਸਿਆਸੀ ਲੀਡਰ ਭਵਿੱਖਬਾਣੀ ਕਰਦੇ, ਤੁਹਾਡੇ ਕੋਈ ਹੈ ਭਵਿੱਖਬਾਣੀ ਕਿ ਕਿੰਨੀਆਂ ਸੀਟਾਂ ਕਾਂਗਰਸ ਜਿੱਤ ਸਕਦੀ ਹੈ? ਪਿਛਲੀ ਵਾਰੀ ਨਾਲੋਂ ਜ਼ਿਆਦਾ ਜਿੱਤਾਂਗੇ। ਲੁਧਿਆਣੇ ਦੇ ਵਿੱਚ ਜੈ ਸ਼੍ਰੀ ਰਾਮ, ਪ੍ਰਭੂ ਰਾਮ, ਅਯੋਧਿਆ, ਰਾਮ ਮੰਦਿਰ, ਇਹਦਾ ਕਹਿੰਦੇ ਕਿ ਬੜਾ ਜ਼ਬਰਦਸਤ ਪ੍ਰਭਾਵ ਜਿਹੜਾ ਇਸੇ ਦੇ ਉੱਤੇ ਇਲੈਕਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਲੜੀ ਜਾ ਰਹੀ ਹੈ ਜੀ। ਬੀਜੇਪੀ ਦੇ ਵੱਲੋਂ ਤਾਂ ਸਿੱਧਾ ਕਿਹਾ ਜਾ ਰਿਹਾ ਕਿ ਮੰਦਿਰ ਅਸੀਂ ਬਣਵਾਇਆ, ਠੀਕ ਹੈ, ਕਾਂਗਰਸ ਦੇ ਕੋਲ ਕੀ ਇਸ ਦਾ ਤੋੜ ਕੀ ਹੈ? ਮੈਂ ਇੱਕ ਗੱਲ ਸਭ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਹ ਦੱਸੋ ਕਿ ਭਗਵਾਨ ਰਾਮ ਸਾਡੇ ਦਿਲ ਚੋਂ ਵੱਖ ਕਦੋਂ ਸੀ? ਭਗਵਾਨ ਰਾਮ ਕਦੋਂ ਸਾਡੇ ਦਿਲ ਚ ਨਹੀਂ ਸੀ ਵਸਦੇ? ਜਦ ਬੱਚਾ ਪੈਦਾ ਹੁੰਦਾ, ਮਾਂ ਬੋਲਣਾ ਸ਼ੁਰੂ ਕਰਦਾ ਹੈ, ਤਾਂ ਸਭ ਤੋਂ ਪਹਿਲਾਂ ਸੰਸਕਾਰ ਬੱਚੇ ਨੂੰ ਮਾਂ ਭਗਵਾਨ ਰਾਮ ਦਾ ਨਾਮ ਲੈਣਾ ਸਿਖਾਉਂਦੀ ਹੈ ਅਤੇ ਮੰਦਰ 'ਚ ਮੱਥਾ ਟੇਕਣਾ ਸਿਖਾਉਂਦੀ ਹੈ। ਤਾਂ ਸਾਡਾ ਪਹਿਲਾ ਸੰਸਕਾਰ ਪ੍ਰਭੂ ਰਾਮ ਹੈ, ਜਾਂ ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਹੈ, ਜੇ ਕੋਈ ਮੁਸਲਿਮ ਹੈ ਤਾਂ ਉਹਨਾਂ ਦਾ ਉਸ ਤਰ੍ਹਾਂ ਦਾ ਸੰਸਕਾਰ ਹੈ। ਮਤਲਬ ਸਾਡਾ ਧਰਮ ਸਾਡਾ ਪਹਿਲਾ ਸੰਸਕਾਰ ਹੈ, ਸਾਡੇ ਤੋਂ ਵੱਖ ਭਗਵਾਨ ਰਾਮ ਹੈ ਹੀ ਨਹੀਂ ਸੀ। ਇਹ ਕਿਉਂ ਇਹ ਬੀਜੇਪੀ ਵਾਲੇ ਹੈ ਨਾ, ਇਹ ਭਗਵਾਨ ਰਾਮ ਦਾ ਇਸਤੇਮਾਲ ਕਰ ਰਹੇ ਹੈ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਮੰਗ ਰਹੇ ਹੈ, ਕਿਉਂਕਿ ਇਹਨਾਂ ਨੇ ਪੰਜਾਬ ਦੇ ਲਈ ਮਗਰਲੇ 10 ਸਾਲਾਂ ਦੇ ਵਿੱਚ ਇੱਕ ਚੀਜ਼ ਵੀ ਨਹੀਂ ਕੀਤੀ। ਦੱਸੋ ਬੀਜੇਪੀ ਵਾਲਿਆਂ ਨੇ ਪੰਜਾਬ ਨੂੰ ਇੱਕ ਚੀਜ਼ ਕੀ ਦਿੱਤੀ ਹੈ ਮਗਰਲੇ 10 ਸਾਲਾਂ 'ਚ? ਸਾਡੀ ਇੰਡਸਟਰੀ ਥੱਲੇ ਚਲੀ ਗਈ, 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ, 20 ਕਿਸਾਨ ਹੁਣ ਸ਼ਹੀਦ ਹੋ ਗਏ, ਨੋਟਬੰਦੀ ਕਰਤੀ,
ਪ੍ਰਾਈਸਿਸ ਇੰਨੀਆਂ ਜ਼ਿਆਦਾ ਵੱਧ ਗਈਆਂ, ਮਹਿੰਗਾਈ ਇੰਨੀ ਵੱਧ ਗਈ, ਦੁੱਧ ਤੇ, ਪਨੀਰ ਤੇ, ਲੱਸੀ ਤੇ, ਦਹੀਂ ਤੇ GST ਤੱਕ ਲਾਤਾ। ਤੁਸੀਂ ਮੈਨੂੰ ਦੱਸੋ ਨਾ ਪੰਜਾਬ ਨੂੰ ਕਿਹੜੀ ਚੀਜ਼ ਦਿੱਤੀ ਇਹਨਾਂ ਨੇ? ਇਹ ਤਾਂ ਭਗਵਾਨ ਰਾਮ ਨੂੰ ਇਸ ਤਰ੍ਹਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬਹੁਤ ਮਾੜੀ ਗੱਲ ਹੈ। ਮੈਂ ਸਭ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਪਰਮਾਤਮਾ ਦੇ ਨਾਮ ਦਾ ਇਸਤੇਮਾਲ ਕਰਕੇ ਵੋਟ ਮੰਗੇ, ਸਮਝ ਲਿਆ ਜੀ ਉਹਨਾਂ ਨੇ ਕੰਮ ਨਹੀਂ ਕਰਨਾ, ਉਹਨਾਂ ਤੋਂ ਬਚ ਕੇ ਰਿਹਾ ਜੀ। ਲੇਕਿਨ ਕਿੰਨਾ ਅਸਰ ਤੁਸੀਂ ਦੇਖਦੇ ਹੋ ਰਾਮ ਮੰਦਰ ਨੂੰ ਲੈ ਕੇ ਲੁਧਿਆਣੇ ਦੇ ਵਿੱਚ, ਕਿਉਂਕਿ ਹਿੰਦੂ ਏਰੀਆ, ਵਪਾਰੀ ਏਰੀਆ, ਇੰਡਸਟਰੀ ਏਰੀਆ, 1.5-2 ਲੱਖ ਪ੍ਰਵਾਸੀ ਵੋਟਰ ਹੈ, ਔਰ ਹੁਣ ਤੇ 10-15 ਦਿਨ ਰਹਿ ਜਾਣੇ ਆ, ਇੱਥੇ ਨਰਿੰਦਰ ਮੋਦੀ ਵੀ ਆ ਸਕਦੇ, ਅਮਿਤ ਸ਼ਾਹ ਵੀ ਆ ਸਕਦੇ, ਯੋਗੀ ਵੀ ਆ ਸਕਦੇ ਆ, ਔਰ ਜਦੋਂ ਇਹ ਪੂਰਾ ਮਾਹੌਲ ਹਿੰਦੂਇਜ਼ਮ ਦਾ ਹੋਵੇ ਤਾਂ ਕਾਂਗਰਸ ਦੇ ਲਈ ਥ੍ਰੈਟ ਹੈ? ਮੈਂ ਜਿੱਥੇ ਵੀ ਜਾ ਰਹੀ ਹਾਂ, ਦੇਖੋ ਸਾਡਾ ਧਰਮ ਹੈ ਹਿੰਦੂਇਜ਼ਮ, ਸਾਡੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਧਰਮ ਹੈ, ਇਹ ਸਾਡੇ ਤੋਂ ਵੱਖ ਨਹੀਂ ਗਾ। ਪਲੀਜ਼ ਇਹਨੂੰ ਦੇਸ਼ ਦੇ ਲੋਕਾਂ ਨਾਲੋਂ ਵੱਖ ਨਾ ਕਰੋ, ਕੋਈ ਪੱਖਪਾਤ ਦੀ ਫੀਲਿੰਗ ਨਾ ਪਾਓ। ਮੈਂ ਸਾਰੇ ਮੀਡੀਆ ਵਾਲਿਆਂ ਨੂੰ ਵੀ ਇਹੀ ਬੇਨਤੀ ਕਰੂੰਗੀ, ਔਰ ਮੈਂ ਜਿੰਨੀਆਂ ਥਾਵਾਂ ਤੇ ਵੀ ਜਾ ਰਹੀ ਹਾਂ, ਮੈਂ ਪ੍ਰਵਾਸੀ ਜਿਹੜੇ ਮਜ਼ਦੂਰਾਂ ਦਾ ਏਰੀਆ ਹੈਗਾ, ਜਦੋਂ ਆਪਾਂ ਕੁਛ ਗਿੱਲ ਹਲਕੇ 'ਚ ਵੀ ਆਉਂਦਾ, ਮੈਂ ਉੱਥੇ ਵੀ ਮੀਟਿੰਗਸ ਕੀਤੀਆਂ, ਤਾਂ ਮੈਨੂੰ ਕਿਸੇ ਇੱਕ ਵੀ ਪ੍ਰਵਾਸੀ ਨੇ ਇਹ ਨਹੀਂ ਕਿਹਾ ਕਿ ਅਸੀਂ ਭਾਜਪਾ ਨੂੰ ਵੋਟ ਪਾਉਣੀ ਹੈ। ਮੈਂ ਜਿੰਨਾਂ ਦਿਨਾਂ ਦੀ ਇੱਥੇ ਘੁੰਮ ਰਹੀ ਹਾਂ, ਅੱਜ ਵੀ ਮੇਰੀਆਂ ਮੀਟਿੰਗ ਸੀਗੀਆਂ, ਅਤੇ ਉੱਥੇ ਨਾ ਬੜੇ ਜਿਹੜੇ ਮਤਲਬ MSMEs ਹੈ ਜਿਹਨਾਂ ਲੋਕਾਂ ਦੀਆਂ, ਮਿਡਲ ਕਲਾਸ ਇੰਡਸਟਰੀਜ਼ ਹੈ ਜਿਹਨਾਂ ਦੀਆਂ, ਸਮਾਲ ਐਂਡ ਮੀਡੀਅਮ ਇੰਡਸਟਰੀ ਹੈ ਜਿਹਨਾਂ ਦੀ, ਉਹਨਾਂ ਸਾਰਿਆਂ ਨੇ ਟੈਕਸਿਸ ਨੂੰ ਲੈ ਕੇ ਇੰਨੀ ਸ਼ਿਕਾਇਤ ਕੀਤੀ, ਔਰ ਉਹਨਾਂ ਨੇ ਕਿਹਾ ਜੀ ਸਾਡੀ ਇੰਡਸਟਰੀ ਕਲੈਪਸ ਦੇ ਵਰਜ ਤੇ ਆਈ ਵੀ ਹੈ, ਸਾਡੀ ਇੰਡਸਟਰੀ ਲਈ ਕੁਛ ਕਰੋ। ਮੈਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਧਰਮ ਦੇ ਨਾਲ ਨੂੰ ਵੋਟ ਪਾਉਣੀ ਹੈ ਜਾਂ ਅਸੀਂ ਭਾਜਪਾ ਨੂੰ ਵੋਟ ਪਾਉਣੀ ਹੈ, ਮੈਨੂੰ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਮਿਲਿਆ। ਲੇਕਿਨ ਜਾਗਰਣ ਤੇ ਤੁਸੀਂ ਵੀ ਲਗਾਤਾਰ ਜਾ ਰਹੇ ਹੋ, ਮੱਥੇ ਤੇ ਤਿਲਕ ਤੁਹਾਡੇ ਵੀ ਲੱਗ ਗਿਆ, ਮੱਥੇ ਤੇ ਤਿਲਕ ਵੜਿੰਗ ਸਾਹਿਬ ਦੇ ਵੀ ਨਜ਼ਰ ਆਉਂਦਾ ਹੈ, ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਧਿਆਨ ਚ ਰੱਖਿਆ ਜਾਂਦਾ ਹੈ ਕਿ, ਕਿਉਂਕਿ ਇਲੈਕਸ਼ਨ ਕਹਿੰਦੇ ਕੰਮਾਂ ਦੇ ਨਾਲ ਨਾਲ ਪੰਜਾਬ ਦਾ ਇਲੈਕਸ਼ਨ ਜਿਹੜਾ ਸਭ ਤੋਂ ਜ਼ਿਆਦਾ ਇਮੋਸ਼ਨ ਤੇ ਚੱਲਦਾ, ਜਿਹੜਾ ਇਮੋਸ਼ਨ ਕੈਚ ਕਰ ਗਿਆ ਉਹ ਇਲੈਕਸ਼ਨ ਜਿੱਤ ਗਿਆ। ਤੁਸੀਂ ਗੱਲ ਸਮਝੋ, ਅਸੀਂ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਦੀ ਸਾਂਝੀ ਧਰਤੀ ਹੈ, ਸਭ ਦਾ ਸਾਂਝਾ ਦੇਸ਼ ਹੈ, ਠੀਕ ਹੈ। ਜਦ ਮੈਂ ਲੋਕਾਂ ਦੇ ਵਿੱਚ ਜਾਂਦੀ ਹਾਂ ਤਾਂ ਜਿਹੜਾ ਗੁਰਦੁਆਰਾ ਸਾਹਿਬ ਕਹਿੰਦਾ ਜੀ ਹਾਂਜੀ ਆਹ ਸਾਡਾ ਪਵਿੱਤਰ ਸਥਾਨ ਹੈ, ਭੈਣ ਜੀ ਆਪਾਂ ਇੱਥੇ ਜ਼ਰੂਰ ਜਾਣਾ, ਮੈਂ ਬਹੁਤ ਖੁਸ਼ ਹੁੰਦੀ ਹਾਂ ਕਿ ਚਲੋ ਮੈਨੂੰ ਮੌਕਾ ਮਿਲ ਗਿਆ ਇੰਨੇ ਉੱਚੇ ਸਥਾਨ 'ਤੇ ਮੱਥਾ ਟੇਕਣ ਦਾ। ਜਦੋਂ ਮੰਦਰ ਜਾਣ ਦਾ ਮੌਕਾ ਮਿਲਦਾ ਤਾਂ ਮੈਂ ਫਿਰ ਆਪਦੇ ਆਪ ਨੂੰ ਬੜਾ ਭਾਗਸ਼ਾਲੀ ਫੀਲ ਕਰਦੀ ਹਾਂ ਕਿ ਮੈਨੂੰ ਉੱਥੇ ਜਾਣ ਦਾ ਮੌਕਾ ਮਿਲ ਗਿਆ, ਬਿਕੋਜ਼ ਦੇਖੋ ਉਹ ਥਾਵਾਂ ਬੜੀਆਂ ਉੱਚੀਆਂ, ਬੜੀਆਂ ਪਵਿੱਤਰ ਹੈ, ਬੜੀਆਂ ਭਾਵਨਾਵਾਂ ਜੁੜੀਆਂ ਵੀ ਹੈ ਉਹਨਾਂ ਲੋਕਾਂ ਦੇ ਨਾਲ, ਅਤੇ ਉੱਥੇ ਮੱਥਾ ਟੇਕਣ ਨਾਲ ਇੱਕ ਵੱਖਰੀ ਫੀਲਿੰਗ ਆਉਂਦੀ ਹੈ, ਮੈਂ ਆਪਦੇ ਆਪ ਨੂੰ ਲੱਕੀ ਮਹਿਸੂਸ ਕਰਦੀ ਹਾਂ। ਮੈਂ ਇਸ ਚੀਜ਼ ਨੂੰ ਪੋਲੀਟੀਸਾਈਜ਼ ਨਹੀਂ ਕਰ ਰਹੀ, ਪਰ ਮੈਂ ਆਪਦੇ ਆਪ ਨੂੰ ਬਹੁਤ ਕਿਸਮਤ ਵਾਲਾ ਮਹਿਸੂਸ ਕਰਦੀ ਹਾਂ ਕਿ ਮੈਨੂੰ ਇਹਦੀਆਂ ਥਾਵਾਂ 'ਤੇ ਜਾਣ ਦਾ ਮੌਕਾ ਮਿਲਦਾ ਹੈ, ਅਤੇ ਜੇ ਕਿਸੇ ਨੇ ਸ਼ਰਧਾ ਨਾਲ ਇਹ ਟਿੱਕਾ ਲਾਇਆ ਹੈ ਮੈਂ ਉਹਦਾ ਸਤਿਕਾਰ ਕਰਦੀ ਹਾਂ। ਮੈਂ ਮਤਲਬ ਬਹੁਤ ਇਮੋਸ਼ਨਲੀ ਇਸ ਚੀਜ਼ ਲੁਧਿਆਣੇ ਟਿੱਕੇ ਦੀ ਰਾਜਨੀਤੀ ਬਹੁਤ ਹੋ ਰਹੀ ਹੈ। ਨਹੀਂ ਜੀ, ਇਹ ਤੁਸੀਂ ਮੇਰੀਆਂ ਜਿੰਨੀਆਂ ਰਾਜਾ ਜੀ ਨੇ ਪਹਿਲਾਂ ਇਲੈਕਸ਼ਨਸ ਲੜੀਆਂ, ਤੁਸੀਂ ਬੜੀਆਂ ਇਲੈਕਸ਼ਨਸ ਦੇ ਵਿੱਚ ਇਹ ਟਿੱਕਾ ਲੱਗਿਆ ਵੇਖੋਗੇ ਮੇਰੇ, ਇਹ ਕੋਈ ਪਹਿਲੀ ਵਾਰੀ ਨਹੀਂ। ਮੈਂ ਹਰ ਇਲੈਕਸ਼ਨ ਦੇ ਵਿੱਚ ਜਿਸ ਕਿਸੇ ਥਾਂ 'ਤੇ ਜਾਂਦੀ ਹਾਂ, ਜੋ ਵੀ ਰਿਵਾਜ਼ ਜਿਵੇਂ ਵੀ ਹੁੰਦੇ ਹੈ, ਔਰ ਜਦੋਂ ਅਸੀਂ ਮੰਦਰਾਂ 'ਚ ਜਾਂਦੇ ਹਾਂ ਤਾਂ ਮੱਥਾ ਟਿੱਕਾ ਲਾਈਦਾ ਹੀ ਲਾਈਦਾ, ਇਹ ਕੋਈ ਨਵੀਂ ਗੱਲ ਥੋੜ੍ਹੀ ਹੈ। ਰਾਜਨੀਤੀ ਨਾਲ ਤੁਸੀਂ ਇਸ ਚੀਜ਼ ਨੂੰ ਰਾਜਨੀਤੀ ਨਾਲ ਕਿਉਂ ਜੋੜ ਰਹੇ ਹੋ? ਇਹ ਮੰਦਰ 'ਚ ਜਾਣ ਦੀ ਪਹਿਲੀ ਪ੍ਰਕਿਰਿਆ ਹੀ ਇਹ ਹੈ ਕਿ ਤੁਸੀਂ ਮੱਥਾ ਟੇਕਦੇ ਹੋ, ਤੁਹਾਨੂੰ ਚਰਨਾਮਤ ਮਿਲਦਾ ਹੈ, ਮੱਥਾ ਟਿੱਕਾ ਲਾਇਆ ਜਾਂਦਾ, ਪ੍ਰਸ਼ਾਦ ਦਿੰਦੇ ਹੈ, ਇਹ ਬੇਸਿਕ ਹੈ। ਗੁਰਦੁਆਰਾ ਸਾਹਿਬ ਜਾਂਦੇ ਹਾਂ, ਪ੍ਰਸ਼ਾਦ ਕਰਾਈਦਾ, ਅਰਦਾਸ ਕਰਾਈਦੀ ਹੈ, ਫਿਰ ਤੁਹਾਨੂੰ ਪ੍ਰਸ਼ਾਦ ਦਿੰਦੇ ਹੈ,
ਇਹ ਬੇਸਿਕਸ ਹੈ ਸਾਡੇ ਧਰਮ ਦੇ, ਇਹਨੂੰ ਤੁਸੀਂ ਵੱਖਰਾ ਕਿਉਂ ਕਰ ਰਹੇ ਹੋ? ਬੜੀ ਸਿੰਪਲ ਚੀਜ਼ ਹੈ ਇਹ। ਅੱਛਾ, ਇੱਕ ਦੋ ਸਵਾਲ ਲਵਾਂਗਾ ਫਿਰ ਤੁਸੀਂ ਜਾਣਾ। ਪਿਤਾ ਦਾ ਨਾਮ ਲੈਂਦੇ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ, ਇਮੋਸ਼ਨ ਤੁਸੀਂ ਹੋ ਜਾਂਦੇ, ਉਹਨਾਂ ਨੂੰ ਹਮੇਸ਼ਾ ਯਾਦ ਕਰਦੇ। ਮੈਂ ਮਾਂ ਤੇ ਆ ਰਿਹਾ, ਸਿਰਫ ਮਾਂ ਤੇ ਆ ਰਿਹਾ, ਕਿਉਂਕਿ ਤੁਸੀਂ ਇੱਕ ਮਾਂ ਹੋ। ਮਾਂ ਦਾ ਰੋਲ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿੰਦਾ, ਕਿਉਂਕਿ ਤੁਹਾਡੇ ਦੋ ਬੱਚੇ ਨੇ ਔਰ ਮਾਂ ਨੇ ਹਸਬੈਂਡ ਨੂੰ ਵੀ ਸੰਭਾਲਣਾ, ਮਾਂ ਨੇ ਕਿਚਨ ਵੀ ਸੰਭਾਲਣਾ, ਘਰ ਵੀ ਸੰਭਾਲਣਾ, ਔਰ ਮਾਂ ਸ਼ਬਦ ਤੁਹਾਡੀ ਜ਼ਿੰਦਗੀ ਚ ਕੀ ਹੈ? ਮਾਂ ਤੁਹਾਡਾ ਦੁਨੀਆਂ ਤੇ ਰੱਬ ਹੁੰਦੀ ਹੈ, ਇਦੂ ਨਾ ਇਦੂ ਘੱਟ ਤੇ ਨਾ ਇਦੂ ਇੰਚ ਵੀ ਘੱਟ ਨੀ। ਮਾਂ ਹਰ ਇਨਸਾਨ ਦੀ ਦੁਨੀਆਂ ਤੇ ਰੱਬ ਹੁੰਦੀ ਹੈ, ਇਹ ਮੈਂ ਨੀ ਕਹਿ ਰਹੀ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ। ਤੇ ਇਹਨੂੰ ਪ੍ਰੈਕਟੀਕਲੀ ਜਿੱਦਣ ਆਪਾਂ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਜ਼ਿੰਦਗੀ ਬਹੁਤ ਖੁਸ਼ਨੁਮਾ ਹੋ ਜਾਂਦੀ ਹੈ, ਪਰਮਾਤਮਾ ਵੀ ਖੁਸ਼ ਹੁੰਦਾ ਤੇ ਮਾਂ ਰੱਬ ਹੁੰਦੀ ਹੈ। ਇਦੂ ਘੱਟ ਕੋਈ ਗੱਲ ਨੀ ਮਾਂ ਵਾਸਤੇ।